ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਅਸਲ ਅੱਗ ਲੱਗੀ ਪਈ ਹੈ। ਆਮ ਆਦਮੀ ਪਾਰਟੀ ਦਾ ਸਟੈਂਡ ਕੀ ਰਿਹਾ? ਬਹੁਤ ਸਪਸ਼ਟ ਸਟੈਂਡ ਆ ਜੀ, ਅਗਨੀਪਥ ਪੰਜਾਬ ਦੇਸ਼ ਦੇ ਨੌਜਵਾਨਾਂ ਨਾਲ ਧੋਖਾ। ਜਿਹੜੇ ਨੌਜਵਾਨ ਕਈ ਕਈ ਮਹੀਨਿਆਂ ਤੋਂ ਆਪਣੀਆਂ ਸਰੀਰਕ ਕਸਰਤਾਂ ਕਰਦੇ ਆ, ਸਕੂਲਾਂ ਦੀਆਂ ਪੜ੍ਹਾਈਆਂ ਕਰਦੇ ਆ, ਉਹ ਲੱਖਾਂ ਰੁਪਈਆ ਜਿਹਨਾਂ ਦੇ ਮਾਪਿਆਂ ਨੇ ਬੱਚਿਆਂ ਪਿੱਛੇ ਲਾਇਆ ਪੜ੍ਹਾਈਆਂ ਲਈ, ਉਹਨਾਂ ਨੂੰ ਤੁਸੀਂ 4 ਸਾਲ ਦੀ ਨੌਕਰੀ ਦੇ ਕੇ ਅਤੇ ਬਾਅਦ ਕਾਰੇ ਕਰਕੇ ਨਾ ਉਹ ਅਗਲੇ ਪਾਸੇ ਜੋਗੇ ਨਾ ਪਿਛਲੇ ਪਾਸੇ ਜੋਗੇ, ਆਮ ਆਦਮੀ ਪਾਰਟੀ ਦਾ ਵਿਰੋਧ ਕਰਦੀ ਹੈ। ਔਰ ਆਮ ਆਦਮੀ ਪਾਰਟੀ ਟੈਂਪਰੇਰੀ ਰੁਜ਼ਗਾਰ ਦੀ ਬਜਾਏ ਪੰਜਾਬ ਦੇ ਅੰਦਰ 26,554 ਜਿਹੜੀਆਂ ਖਾਲੀ ਸਾਮੀਆਂ ਨੇ ਪੰਜਾਬ ਦੀਆਂ, ਉਹਨਾਂ ਨੂੰ ਭਰਨ ਦਾ ਐਲਾਨ ਕਰ ਚੁੱਕੀ ਹੈ, ਪ੍ਰੋਸੈਸ ਸ਼ੁਰੂ ਹੈ। ਅਸੀਂ ਤਾਂ ਪੱਕੀ ਨੌਕਰੀ ਦੇ ਹਾਮੀ ਹਾਂ। ਸੋ ਇਸ ਕਰਕੇ ਰੁਜ਼ਗਾਰ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਅੰਦਰ, ਦੇਸ਼ ਦੇ ਅੰਦਰ। ਮੈਂ ਸਮਝਦਾ BJP ਸਰਕਾਰ ਨੂੰ, ਮਾਣਯੋਗ ਪ੍ਰਧਾਨ ਮੰਤਰੀ ਨੂੰ ਇਹਦੇ 'ਤੇ ਵਿਚਾਰ ਕਰਨਾ ਚਾਹੀਦਾ। ਔਰ ਜਿਹੜੇ ਦੇਸ਼ ਦੇ ਨੌਜਵਾਨ ਆਹਤ ਹੋਏ ਆ, ਜਿਹੜੀਆਂ ਦੇਸ਼ ਦੇ ਨੌਜਵਾਨਾਂ ਦੀਆਂ ਆਸਾਂ ਟੁੱਟੀਆਂ ਨੇ, ਉਹਨਾਂ ਨੂੰ ਸੁਰਜੀਤ ਕਰਨਾ ਚਾਹੀਦਾ। ਇਹ ਫੈਸਲਾ ਗਲਤ ਹੈ ਕੇਂਦਰ ਸਰਕਾਰ।